बिग फैन सर जी, लव यू, लव यू टू ब्रे, लव यू टू। हां जी, हां जी भाई, भाई सत श्री अकाल। सत श्री अकाल, सत श्री अकाल, किवें हो? बहुत वधिया जी, बहुत वधिया। मैं पहला भाई क्लियर करता, सब तो पहला मैं आई एम अ ह्यूज फैन। मैं जिन्हें भी क्वेश्चन पूछने हैं जी थोड़े को, एक फैन की हैसियत तो पूछने हैं, जिन्हें भी मेरे वीर इधर कमेंट्स जा ओना दी तरफ तो पूछने हैं, मैं क्वेश्चन जिन्हें पूछने हैं ते जरूर ब्रो। ऑफकोर्स भाई, पहला तो कंग्रेचुलेशन जिन्ना थोनू प्यार मिल रहा है नवी एल्बम ने, मैं तो घरे ला के रखता अपने स्पीकर से 24 घंटे बजता हुआ गाना। जिन्ने भी जाने प्यार करदे ना तुसीं, होगे भरा जिन्ने जाने हुण लाइव बैठे ने 53-55 हज़ार बंदा, ये मेरा गिफ्ट ही है इक तरह दा। सो हर इन्ना बस मेरे मैनू ऐ कहिंदे सब तों वड्डा गिफ्ट जिहड़ा प्यार हुंदे आ ने मन मोरे कोई पर्टिकुलर प्लान है? हां, कोई पर्टिकुलर प्लान है आपका कल का? कल नूं मेरे साडे नॉर्मल ही हुंदे, आपां सोनम नूं ऐड कर लईए विच। हां जी हां जी हां जी, करो जी करो। ਤੁਹਾਡਾ ਇਹ ਜਿਹੜਾ ਆਪਣਾ ਗਾਣਾ ਹੈ ਬਰਾਊਨ ਛੋਟੀ, ਉਹਦੇ ਲਈ ਬਹੁਤ ਕੁਐਸਚਨ ਨੇ ਮੇਰੇ ਕੋਲ, ਬਹੁਤ ਲੋਕਾਂ ਨੇ ਇੰਨੇ ਕੁਐਸਚਨ ਭਰ ਭਰ ਕੇ ਭੇਜੇ ਨੇ, ਤੁਸੀਂ ਮੈਂ ਮੁੱਕਦੇ ਨੀ ਅੱਜ ਕੁਐਸਚਨ। ਠੀਕ, ਕੋਈ ਗੱਲ ਨੀ, ਮੇਰੇ ਕੁਐਸਚਨ ਦੇ ਆਨਸਰ ਦੇਣ ਲਈ ਬੈਠਾ ਜੀ। ਹੈਲੋ ਸੋਨਮ, ਹੈਲੋ, ਕੀ ਹਾਲ ਚਾਲ ਸਾਰਿਆਂ ਦਾ? ਬਹੁਤ ਵਧੀਆ ਬ੍ਰੋ, ਤੁਸੀਂ ਕਿਵੇਂ ਹੋ? Very good, Sidhu. Happy birthday in advance. Thank you very much. Key plan for birthday? I know, sorry, puch rahe hain. Apne kade plan hunde hai, apan roz mera mango hai birthday lagi hai bhai. Aaj jinne pyar karne wale aa jande sare nu mil lene bas. That's so sweet. Ji. Bhai, mere ko chal rahe hain UK. Haan ji. UK kitna chal rahe hain? UK ਵਧੀਆ ਆ, ਹੁਣ ਮੈਂ ਇੰਡੀਆ ਨੂੰ ਮਿਸ ਕਰ ਰਹੀ ਹਾਂ, ਘਰ ਨੂੰ ਮਿਸ ਕਰ ਰਹੀ ਹਾਂ, ਸੋ ਹੁਣ ਲੱਗ ਰਿਹਾ ਕਿ ਬਸ ਛੇਤੀ ਆ ਜਾਵਾਂ ਵਾਪਸ, ਬਟ ਕੰਮ ਖਤਮ ਕਰਕੇ ਆਵਾਂਗੇ। ਭਾਈ ਕਹਿੰਦੇ ਕੁਐਸਚਨ ਪੁੱਛਣੇ ਸੀਗੇ ਕੋਈ? ਜੀ ਬਿਲਕੁਲ, ਵਿਸ਼ਨੂੰ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ, ਤੁਸੀਂ ਪੰਜਾਬੀ ਬੋਲੀ ਨੂੰ ਸਪੋਰਟ ਕਰਦੇ ਹੋ, ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖੀਆਂ, ਤੁਸੀਂ ਪੰਜਾਬੀ 뮤직 ਨੂੰ ਵੀ ਬੜਾ ਸਪੋਰਟ ਕਰਦੇ ਹੋ, ਸੋ ਥੈਂਕ ਯੂ ਸੋ ਮੱਚ ਉਹਦੇ ਲਈ। ਬਾਕੀ ਮੇਰੇ ਕੋਲ ਹੁਣ ਬਹੁਤ ਸਾਰੇ ਕੁਐਸਚਨ ਨੇ ਤੁਹਾਡੇ ਲਈ, ਮੈਂ ਕੁਐਸਚਨ ਪੜ੍ਹ-ਪੜ੍ਹ ਥੱਕ ਗਿਆ, ਇੰਨੇ ਕੁਐਸਚਨ ਆਏ ਬਰਾਊਨ ਛੋਟੇ ਨੇ। ਤੁਸੀਂ ਆਹ ਦੱਸੋ ਪਹਿਲਾਂ ਤਾਂ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਸੀ? ਤੁਸੀਂ ਆਪ ਲਾਈਕ ਯੂ ਬੀਨ ਟੁਗੇਦਰ ਕੋਲੈਬੋਰੇਟਿੰਗ ਫੋਰ ਅ ਵਾਈਲ, ਲਾਈਕ ਹਾਊ ਵਾਸ ਯੋਰ ਐਕਸਪੀਰੀਅੰਸ ਇਨ ਸ਼ੂਟਿੰਗ ਦਿਸ ਪਾਰਟਿਕੂਲਰ ਵੀਡੀਓ? ਬਿਕੋਜ਼ ਐਂਡ ਲਾਈਕ ਦ ਲੈਵਲ ਆਫ ਐਸਥੈਟਿਕ, ਵੀਡੀਓ ਐਸਥੈਟਿਕ, ਦ ਮਿਊਜ਼ਿਕ ਐਂਡ ਦ ਸਟੋਰੀ ਐਂਡ ਆਲ ਦ ਹੋਲ ਪੈਕੇਜ ਆਫ ਦਿਸ ਵੀਡੀਓ ਵਾਸ ਸਮਥਿੰਗ ਪੀਪਲ ਵਰ ਲਾਈਕ ਬਲੋਨ ਅਵੇ। So how was the experience and do you have any funny stories koi BTS iske bare mein share karne ke liye jo fans would love to hear? Actually jadon main te Sidhu ne pehla gaana kita te saare te bahut pasand kita, and you know we all love it. So assi ode to baad hi decide kita ki apan jaldi dobara you know kuch karan, so फिर उस तो बाद आई थिंक लॉकडाउन हो गया, प्लान सेगा कि ये थोड़ा जो शूट, फिर लॉकडाउन आ गया, देन वी आई वाज इन कनाडा, आई थिंक ही वाज इन दुबई, बट फिर यूके फाइनलाइज होया कि आप यूके शूट करेंगे। ते कॉन्सेप्ट जी दी गल करो ते आई थिंक वो सिद्धू ते जो साडे डायरेक्टर सुख संगेरा उन्होंने बनाया है, मैं सीधा सेट ते गई और मैंने काम किया, दैट इज इट। बाकी पूरा जो क्रेडिट है वो सिद्धू और हमारे जो डायरेक्टर है सुख संगेरा उनको जाता है। तो गल की है कोई भी हुण ਯਾਨੀ ਕਿ ਮੈਂ ਅਸੀਂ ਮੈਂ ਯਾਨੀ ਕਿ ਆਪਣਾ ਤਾਂ ਇਹ ਸਟਾਈਲ ਹੈ ਵੀ ਆਪਾਂ ਕੋਈ ਵੀ ਚੀਜ਼ ਬਣਾਉਂਦੇ ਹਾਂ ਨਾ ਵੀ ਸਾਨੂੰ ਵਧੀਆ ਲੱਗਦੀ ਹੈ ਨਾ, ਸਿਰਫ ਆਪਣੇ ਬੰਦਿਆਂ ਨਾਲ ਹੀ ਕੰਮ ਕਰਨਾ ਹੁੰਦਾ ਆਪਾਂ ਨਾ ਆਪਣੇ ਸਰਕਲ ਦੇ ਵਿੱਚ। ਸੋ ਸੋਨਮ ਸਾਡਾ ਯਾਨੀ ਕਿ ਪਾਰਟ ਹੈ ਨਾ, ਜਦੋਂ ਵੀ ਇਹਨੂੰ ਕਦੇ ਵੀ ਕੁਛ ਵੀ ਹੈ ਨਾ ਮੈਸੇਜ
ਕਿ ਸੋਨਾ ਮਾਂ ਚੀਜ਼ ਚਾਹੀਦੀ ਆਪਾਂ ਨੇ ਕਦੇ ਵੀ ਆਪਾਂ ਨੂੰ ਵੀ ਆਲਵੇਜ਼ ਰੈਡੀ ਹੈ ਨਾ ਵੀ ਜਾਂ ਕੋਈ ਸੋ ਵਧੀਆ ਸਵਾਲ ਸੋਨਾ ਦਾ ਸੋ ਜਾਂ ਅਸੀਂ ਯਾਨੀ ਕਿ ਕੋਸ਼ਿਸ਼ ਕੀਤੀ ਛੋਟੀ ਜਿਹੀ ਹੈ ਨਾ ਸੋ ਹੁਣ ਬਰਾਊਨ ਛੋਟੀ ਹੈ ਜਿਹੜਾ ਯਾਨੀ ਕਿ ਟੌਪ ਇਹਦੇ ਚੱਲ ਗਿਆ 100 ਉਹਨਾਂ ਦੇ ਜਿਹੜਾ ਕੈਨੇਡਾ ਚਾਰਟ ਤੇ ਚੱਲ ਗਿਆ ਹੈ ਨਾ ਸੋ ਵੀ ਲੋਕ ਸਾਰੇ ਰਲ ਮਿਲ ਕੇ ਮਿਹਨਤ ਕਰਦੇ ਆ ਨਾ ਜਦੋਂ ਇੱਕ ਯਾਨੀ ਕਿ ਹੁੰਦਾ ਨਾ ਵੀ ਸੁਭਾਅ ਹੁੰਦਾ ਸਾਰਾ ਵੀ ਇੱਕ ਮੱਤ ਮਿਲਦੀ ਹੁੰਦੀ ਆ ਸੋ ਵੀ ਸਾਡਾ ਅਸੀਂ ਸਾਰੇ ਇੱਕੋ ਜਿਹੇ ਯਾਨੀ ਕਿ ਸਾਡੀ ਥਿੰਕਿੰਗ ਸੇਮ ਹੈ ਨਾ ਸੋ ਕੰਮ ਫਿਰ ਕੰਮ ਕਰਨ ਦਾ ਵੀ ਲੈ ਲਓ ਫਿਰ ਹੀ ਉਹਨਾਂ ਵਧੀਆ ਲੱਗਦਾ ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਇਹ ਨਹੀਂ ਨਾ ਹੁੰਦਾ ਵੀ ਕੌਣ ਕਿਸ ਸਕੂਲ ਤੋਂ ਆ ਰਿਹਾ ਕੋਈ ਫਿਲਮਾਂ ਚੋਂ ਆ ਰਿਹਾ ਜਾਂ ਕੌਣ ਸਿੰਗਿੰਗ ਚੋਂ ਆ ਰਿਹਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਰੀਕੇ ਨਾਲ ਨਾ ਸੋ ਤੇ ਫਿਰ ਉਹ ਰਿਜ਼ਲਟ ਨਿਕਲ ਦੀ ਨਿਕਲ ਦਾ ਰਿਜ਼ਲਟ ਤੁਹਾਡੇ ਸਾਹਮਣੇ ਆ ਸਾਰਿਆਂ ਨੇ ਕਿੰਨਾ ਪਿਆਰ ਦਿੱਤਾ ਦੇਖ ਕੇ ਅੱਗੇ ਪੂਰੀ ਵੀਡੀਓ ਦੇ ਸ਼ੂਟ ਚ ਕੁਝ ਇਹੋ ਜਿਹਾ ਪਾਰਟ ਸੀ ਜਿਹੜਾ ਕਿ ਬਹੁਤ ਮਤਲਬ ਮਾੜਾ ਜਿਹਾ ਔਖਾ ਸੀ ਜਾਂ ਫਿਰ ਕੁਝ ਇੰਟਰਸਟਿੰਗ ਕੁਝ ਹੋਇਆ ਸ਼ੂਟ ਤੇ ਮਤਲਬ ਤੁਸੀਂ ਤਾਂ ਯਾਰ ਦੋਸਤ ਕੁਝ ਨਾ ਕੁਝ ਪੁੱਟੀ ਸਿੱਧੀ ਹਰਕਤਾਂ ਹੁੰਦੀਆਂ ਨੇ ਠੰਡ ਬਹੁਤ ਜ਼ਿਆਦਾ ਸੀ ਇੰਟਰਸਟਿੰਗ ਬਸ ਠੰਡ ਬਹੁਤ ਜ਼ਿਆਦਾ ਸੀ ਬਾਕੀ ਸਭ ਠੀਕ ਸੀਗਾ ਸਭ ਤੋਂ ਵੱਡਾ ਚੈਲੰਜ ਹੀ ਸੀਗਾ ਠੰਡ 'ਚ ਕੰਮ ਕਰਨਾ ਰੂਫ ਟੌਪ ਤੇ ਸਪੈਸ਼ਲੀ ਜਿਹੜੇ ਸ਼ਾਰਟਸ ਲਏ ਸੀਗੇ ਮੈਨੂੰ ਲੱਗ ਰਿਹਾ ਸੀ ਕੁਝ ਕੋਈ ਤਾਂ ਬਾਕੀ ਦਾ ਪਤਾ ਨਹੀਂ ਮੈਂ ਨਾ ਕਿਤੇ ਉੱਡ ਜਾਂ ਬਿਕਾਜ਼ ਇਟ ਵਾਸ ਸੋ ਵਿੰਡੀ ਐਂਡ ਬਹੁਤ ਜ਼ਿਆਦਾ ਠੰਡ ਸੀਗੀ ਸੋ ਫੋਰ ਮੀ ਆਈ ਥਿੰਕ ਉਹੀ ਸਭ ਤੋਂ ਚੈਲੰਜਿੰਗ ਪਾਰਟ ਸੀਗਾ ਕਿ ਠੰਡ ਨੂੰ ਬਰਦਾਸ਼ਤ ਕਰਨਾ ਨਹੀਂ ਉਦਾਂ ਵੀ ਬਹੁਤ ਔਖਾ ਸੀ ਮੇਰੇ ਲਈ ਤਾਂ ਸਾਰੇ ਹੀ ਔਖਾ ਸੀ ਉਹਨਾਂ ਨੂੰ ਐਕਟ ਕਰਨਾ ਲੱਗਾ ਬਟ ਮੈਂ ਦੇਖਿਆ ਕਿ ਸਿੱਧੂ ਨੂੰ ਕੋਈ ਵੀ ਗਾਣਾ ਕਿਤੋਂ ਵੀ ਪਲੇ ਕਰ ਦੋ ਯੂ ਨੋ ਹੀ ਹੈਡ ਸੋ ਮੈਨੀ ਸੌਂਗਸ ਬਟ ਸਾਰੇ ਲਿਰਿਕਸ ਯਾਦ ਆ ਸਭ ਕੁਝ ਯਾਦ ਆ ਇੱਕ ਇੱਕ ਟੇਕ ਚ ਸਭ ਕੁਝ ਓਕੇ ਇੱਕ ਇੱਕ ਟੇਕ ਚ ਸ਼ੂਟ ਕਰ ਬਹੁਤ ਔਖਾ ਬਟ ਲਾਈਕ ਫॉर ਅ ਸਿੰਗਰ ਫਰ ਕਮਿੰਗ ਫਰਮ ਲਾਈਕ ਅ ਨਾਨ ਐਕਟਿੰਗ ਬੈਕਗ੍ਰਾਉਂਡ ਔਖਾ ਹੁੰਦਾ ਬਟ ਪਰ ਤੁਹਾਡੇ ਐਕਸਪ੍ਰੈਸ਼ਨ ਇੱਦੇ ਇਦਾਂ ਲੱਗਦਾ ਕਿ ਭਾਈ ਮੈਂ ਇੱਧਰ ਬੈਠਾ ਰਹਿ ਜਾਂਦਾ ਕਿ ਯਾਰ ਆ ਕੀ ਹੋ ਗਿਆ ਉਹ ਸੋਨਮ ਜੀ ਉਧਰ ਨਿਸ਼ਾਨਾ ਲਾ ਰਹੇ ਸੀ ਤੁਸੀਂ ਆਏ ਚੱਲ ਵੀ ਚੱਕ ਮਤਲਬ ਅਲੱਗ ਹੀ ਟੋਨ ਆਪਣੀ ਹੈ ਤੇ ਬਾਕੀ ਪੂਰੀ ਟੀਮ ਜਿਹੜੀ ਸਭ ਕੁਝ ਉਹ ਤੁਹਾਡੇ ਵੱਲ ਸੀ ਹੈ ਜੀ ਸਾਰੀ ਕਿਉਂਕਿ ਪ੍ਰੋਡਕਸ਼ਨ ਕੁਆਲਿਟੀ ਸੀ ਤਾਂ ਲੱਗ ਨਹੀਂ ਰਿਹਾ ਸੀ ਕਿ ਲਾਈਕ ਨੋਰਮਲ ਪੰਜਾਬੀ ਵੀਡੀਓ ਹੈ ਤੇ ਪ੍ਰੋਡਕਸ਼ਨ ਕੁਆਲਿਟੀ ਵਾਸ ਵੈਰੀ ਹਾਈ ਮਤਲਬ ਲੱਗ ਰਿਹਾ ਸੀ ਕਿ ਇਹਨੂੰ ਬਹੁਤ ਟਾਈਮ ਲੱਗਿਆ ਬਣਾਉਣ ਕਿੰਨਾ ਕੁ ਟਾਈਮ ਲੱਗਿਆ ਇਹ ਪੂਰੀ ਵੀਡੀਓ ਬਣਾਉਣ I think Sada Brown Shorty almost 3.5-4 din ch shoot hoya hai it took 4 days yeah every some lagge ni yaar kam pata ki gal hai normal video shoot ta normal hi hunde video shoot ta jivein apan normal tore firde kam karde us time main ta yani kai assi jithe khade ho ke video karde ho so it was pitch hi gaye day by day yani ki main ta lagatar pura ek mahine hi hunda shoot karde ho ਜਿਹੜਾ ਇਹ ਗਾਣਾ ਸੀਗਾ ਸੋਨਮ ਤੇ ਬਰਾਊਨ ਛੋਟੀ ਸੀਗਾ ਯਾਨੀ ਕਿ ਇਹ 3 ਦਿਨ ਦਾ ਸ਼ੂਟ ਸੀਗਾ ਯਾਨੀ ਕਿ ਆਪ ਵੀ ਨਹੀਂ ਪੈ ਜਾਂਦੀ ਸਕੈਡਿਊਲ ਵਿੱਚ ਤੁਰੇ ਜਾਣ ਨੂੰ ਚੰਗਰ ਅਸੀਂ ਸ਼ੂਟ ਕਰੀ ਜਾਂਦੇ ਸੀ ਰੈਗੂਲਰ ਸੋ ਸਾਨੂੰ ਇੰਨਾ ਪਤਾ ਹੀ ਨਹੀਂ ਲੱਗਿਆ ਇੱਕ ਵਾਰ ਸਾਰੇ ਫਿਰ ਇੱਕ ਵਜੇ ਇਕੱਠੇ ਹੋਏ ਸੀ ਹਾਸੀ ਮਜ਼ਾਕ ਤੁਹਾਡਾ ਤਾਂ ਕਰੂ ਵੀ ਬੜਾ ਖਾਸਾ ਮਤਲਬ ਯਾਰ ਦੋਸਤ ਹੀ ਹੋਇਆ ਤਾਂ ਫਿਰ ਮਜ਼ਾਕ ਚ ਹੋ ਜਾਂਦਾ ਹੋਣਾ ਪੂਰਾ ਹਾਂ ਹੀ ਹਾਂ ਇਹੀ ਕਰਦੇ ਰੈਂਡਮ ਦੀ ਕਰਦੇ ਸੁਣੀ ਤੁਹਾਡੇ ਲਈ ਬਰਾਊਨ ਛੋਟੀ ਨੂੰ ਬਰਾਊਨ ਛੋਟੀ ਦੇ ਇਲਾਵਾ ਤੁਹਾਡਾ ਫੇਵਰੇਟ ਸੌਂਗ ਕਿਹੜਾ ਆਪਣੀ ਮੂਸਟੇਪ ਤੋਂ ਕਾਫੀ ਸਾਰੇ ਆ ਔਰ ਹਲੇ ਤਾਂ ਐਕਚੁਅਲੀ ਬਹੁਤ ਸਾਰੇ ਆ ਜਿਹੜੇ ਮੈਂ ਸੁਣੇ ਆ ਲੇਕਿਨ ਹਲੇ ਰਿਲੀਜ਼ ਨਹੀਂ ਹੋਏ ਪ੍ਰਿਵਿਲੇਜ ਉਹਦਾ ਮੈਨੂੰ ਟਾਈਟਲ ਨਹੀਂ ਪਤਾ ਸਿੱਧੂ ਨੇ ਸਾਨੂੰ ਗੱਦਨ ਸਾਡਾ ਬਰਾਊਨ ਛੋਟੀ ਦਾ ਪੂਰਾ ਸ਼ੂਟ ਖਤਮ ਹੋ ਗਿਆ ਸੀਗਾ ਉਹਦਾ ਟਾਈਟਲ ਕੀ ਹੈ ਸਿੱਧੂ ਉਹ ਗਾਣੇ ਦਾ Invincible. Okay, so I think I really like that song. Plus, jehda gaana hale kal parso aaya hai, mainu oh vi bahut pasand aaya. Me and my girlfriend. I really, really liked it. Thank you very much. Nahin, thodi picture nahin aa rahi, agge kursiyan di picture aa rahi hai. Okay. Hun aa rahi hai. Camera mud gaya. Haan, hun theek hai. ਐਕਚੁਅਲੀ ਸਿੱਧੂ ਨੂੰ ਤਾਂ ਚੰਗਾ ਲੱਗਦਾ ਆ ਸਿੱਧੂ ਨੂੰ ਚੰਗਾ ਲੱਗਦਾ ਕਿ ਲਾਈਵ ਹੋ ਜਾਓ ਫਿਰ ਅੱਗੇ ਸਟੀਅਰਿੰਗ ਵੀਲ ਦਿਖਾਓ ਕੁਰਸੀਆਂ ਦਿਖਾਓ
ass of the cow. He likes doing that. Yeah. Oh, nahi nahi. Main mainu ae hunda because kai baar main hunda ki ye pind te ae kam hi nahi. Ye tore firde ha. Vi ae main kada vi hun tyar out of page hunda idhar main. Ajj te lag raha tusi office te baithe ho. हां जी हां जी ऑफिस ही है पूरे तैयार हो गया था आज ना पूरी तैयारी कर रहा हूं आज ने पूरे से पूरे देखना है यार ओके ऑसम सो मेनू हां मेरा फेवरेट इनविंसिबल देन ते जड़ा